एक दर्जन ज्वेलर कारोबारियों का 1 करोड़ रुपए का सोना लेके बंगाली कारीगर होया फरार। बठिंडा के 1 दर्जन तो उपर ज्वेलर के कारोबारियों का करीब 1 करोड़ रुपए का सोना बंगाली कारीगर लेके फरार हो गया। वड्डी गिणती विच थाना कोतवाली विखे इकट्ठे हुए ज्वेलर कारोबारियों ने बंगाली कारीगर खिलाफ शिकायत पुलिस नूं दित्ती। ज्वेलर एसोसीएशन के प्रधान करतार सिंह जौड़ा ने मीडिया नाल गलबात करते हुए दस्सिया कि बठिंडा विच पिछले 12 सालों तो बंगाल का रहने वाला कारीगर ज्वेलर्स नाल मिलके कारोबार कर रहा है। अज अचानक उसकी दुकान बंद पाई गई और जब उसके घर जाके पता करने की कोशिश की गई तो यह गल सामने आई कि वह परिवार समेत फरार हो गया है। उन्होंने दसिया कि करीब 15 ज्वेलर्स का इस कारीगर को सोना पिया सी जो इस कारीगर तो बनवाया जाना सी जिसकी कीमत करीब 1 करोड़ रुपए है। इस फरार कारीगर खिलाफ कानूनी कार्रवाई करवाने लई ओ पुलिस अधिकारियों कोल पहुंचे। पुलिस अधिकारियों वालों उन्हां दी शिकायत संबंधी कार्रवाई शुरू कर दी गई है ते टीमां दा गठन करके फरार होए बंगाली कारीगर दी भाल भी शुरू की गई है। मैं करतार सिंह जौड़ा स्टेट प्रेजिडेंट पंजाब स्वर्णकार संघ, मेरे नाल साडे जिला प्रधान जी मनमोहन कुप्पू जी, सिटी प्रेजिडेंट सिटी कैशियर हर्ष भोला जी अते होर साडे पंचायती मैंबर भी इत्थे हाजिर आ। साडे कोल इस टाइम करीब 15 दुकानदार ने जिन्हां दे नाल इह नुकसान अज दा होया है। एक बंगाली कारीगर सीगा जो सोने दे समान जेवर बनाउण दा काम करदा सी। करीब 12 साल तो उह बठिंडा दे विच काम कर रहा सी, जिस ते विश्वास सी साडे दुकानदारां नूं कि ठीक है क्योंकि अज तक दी उहदी डीलिंग सही सी, फेयर सी, इस करके उस नूं दुकानदार सोना दिंदे सी। अज जदों उह सवेरे दुकान नहीं खुली तो उहदा घर भी देखा गया, घर ते भी ताला लग्गिया होया सी, इस तो क्लीयर हो गया कि उह सारां दा सोना लै के भज चुक्या है। ਤਾਂ ਉਹ ਟਰੇਸ ਕਰਨ ਤੋਂ ਪਤਾ ਲੱਗਦਾ ਹੈਗਾ ਜੀ ਕਿ ਰਾਤ ਜਾਂ ਅੱਜ ਅਰਲੀ ਮਾਰਨਿੰਗ ਉਹ ਕਿਸ ਵੇਲੇ ਕਦੋਂ ਭੱਜਿਆ ਹੈਗਾ ਉਹਦੀ ਗਹਿਰਾਈ ਦੇ ਵਿੱਚ ਜਾਂਚ ਕਰੂਗੀ ਪੁਲਿਸ ਡਿਪਾਰਟਮੈਂਟ ਕਰੇਗਾ। ਸਾਡੇ ਦੁਕਾਨਦਾਰ ਭਰਾਵਾਂ ਨੇ ਦੱਸਿਆ ਹੈਗਾ ਕਿ ਕਿਸੇ ਦਾ 150-200 ਗ੍ਰਾਮ, ਕਿਸੇ ਦਾ 50 ਗ੍ਰਾਮ, ਕਿਸੇ ਦਾ ਘੱਟ, ਇਸ ਤਰ੍ਹਾਂ ਦੇ ਟੋਟਲ ਲਗਾ ਕੇ ਕਰੀਬ 1.5 ਕਿਲੋ ਦੇ ਕਰੀਬ ਸੋਨਾ ਉਹ ਲੈ ਕੇ ਚਲਾ ਗਿਆ ਜਿਸ ਦੀ ਕੀਮਤ 90 ਲੱਖ ਰੁਪਏ ਜਾਂ 1 ਕਰੋੜ ਦੇ ਕਰੀਬ ਬਣਦੀ ਹੈ। ਅਸੀਂ ਇਸ ਵਿਸ਼ੇ 'ਤੇ ਜਸਟਿਸ ਲੈਣ ਵਾਸਤੇ ਕਿਉਂਕਿ ਕੇਸ ਕਾਫੀ ਵੱਡਾ ਹੈਗਾ, ਇਸ ਕਰਕੇ ਸਾਡੇ ਸਿਟੀ ਟੀਮ ਵੀ ਆਈ ਆ, ਉਹਨਾਂ ਨਾਲ ਮੈਂ ਪੰਜਾਬ ਬੋਡੀ ਪ੍ਰੈਜੀਡੈਂਟ ਹੋਣ ਦੇ ਨਾਤੇ ਮੇਰੀ ਵੀ ਡਿਊਟੀ ਬਣਦੀ ਸੀ, ਮੈਂ ਵੀ ਇੱਥੇ ਪਹੁੰਚਿਆ ਹੋਇਆ। ਇੱਥੇ ਆ ਕੇ ਅਸੀਂ SSP ਸਾਹਿਬ ਨਾਲ ਮੈਂ ਗੱਲ ਕੀਤੀ ਆ, ਉਹਨਾਂ ਨੇ ਬੜਾ ਵਧੀਆ ਭਰੋਸਾ ਦਿੱਤਾ ਹੈਗਾ। ਉਸ ਦੇ ਨਾਲ ਹੀ SP City ਸਾਡੇ IPS ਆਫੀਸਰ ਹੈਗੇ ਸਰ ਨਰਿੰਦਰ ਸਿੰਘ ਜੀ, ਉਹਨਾਂ ਨਾਲ ਵੀ ਗੱਲ ਹੋ ਚੁੱਕੀ ਆ। ਸੀਨੀਅਰ ਆਫੀਸਰਸ ਨੇ SHO ਸਾਹਿਬ ਨੂੰ ਵੀ ਡਾਇਰੈਕਸ਼ਨਸ ਦਿੱਤੀਆਂ ਹੈਗੀਆਂ। ਸਾਨੂੰ ਪੂਰਾ ਭਰੋਸਾ ਹੈ ਕਿ ਸਾਡੇ SSP ਸਾਹਿਬ, SP City, SHO ਸਾਹਿਬ ਕੋਤਵਾਲੀ ਪਹਿਲਾਂ ਵੀ ਸਾਨੂੰ ਪਬਲਿਕ ਨੂੰ ਜਸਟਿਸ ਦਿੰਦੇ ਰਹੇ ਆ। ਇਸ ਕੇਸ ਦੇ ਵਿੱਚ ਵੀ ਅਸੀਂ ਉਮੀਦ ਰੱਖਦੇ ਹਾਂ ਕਿ ਬਹੁਤ ਜਲਦੀ ਸਾਨੂੰ ਜਸਟਿਸ ਮਿਲੇਗਾ ਅਤੇ ਜਿਹੜਾ ਉਹ ਠੱਗੀ ਕਰਕੇ ਧੋਖੇ ਨਾਲ ਜਾਂ ਇਸ ਤਰ੍ਹਾਂ ਕਰਕੇ ਫਰੋਡ ਕਰਕੇ ਭੱਜਿਆ ਹੈ ਉਸ ਨੂੰ ਜਲਦ ਗ੍ਰਿਫਤਾਰ ਕਰਕੇ ਉਸ ਤੋਂ ਰਿਕਵਰੀ ਕੀਤੀ ਜਾਊਗੀ ਅਤੇ ਸਾਨੂੰ ਜਸਟਿਸ ਦਿੱਤਾ ਜਾਊਗਾ। ਧੰਨਵਾਦ। ਸਾਡੇ ਕੋਲ ਜੂਲਰ ਐਸੋਸੀਏਸ਼ਨ ਵਾਲਿਆਂ ਦੇ ਨਾਲ ਕੁਝ ਦੁਕਾਨਦਾਰ ਜੂਲਰ ਸ਼ੋਪਸ ਵਾਲੇ ਆਏ ਆ, ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਕਿਹੜਾ ਸੋਨਾ ਦੇ ਕੇ ਕਾਰੀਗਰ, ਬੰਗਾਲੀ ਕਾਰੀਗਰ ਆ, ਉਹਨਾਂ ਤੋਂ ਬਣਾਉਂਦੇ ਹੈਗੇ ਹਾਂ। ਪਿਛਲੇ ਕਰੀਬ 12 ਸਾਲਾਂ ਤੋਂ ਅਸੀਂ ਉਹਨਾਂ ਨਾਲ ਟੱਚ ਹੈਗੇ ਹਾਂ। ਅਲੱਗ ਅਲੱਗ ਦੁਕਾਨਦਾਰਾਂ ਨੇ ਇਹਨਾਂ ਨੂੰ ਅੱਗੇ ਸੋਨਾ ਦੇ ਕੇ ਕਿਹੜਾ ਹੈਗਾ ਸਮਾਨ, ਜਿਹੜਾ ਗਹਿਣੇ ਬਣਾਉਣ ਲਈ ਦਿੱਤੇ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਕੱਲ੍ਹ ਦਾ ਉਹ ਬੰਦਾ ਹੈਗਾ ਮਿਸਿੰਗ ਹੈਗਾ। ਅਸੀਂ ਉਹਨਾਂ ਨੇ ਸਾਡੇ ਕੋਲ ਕਿਹੜੀ ਕੰਪਲੇਂਟ ਦਿੱਤੀ ਆ, ਅਸੀਂ ਉਸ ਦੇ ਉਹਨੂੰ ਦੇਖ ਰਹੇ ਹੈਗੇ ਹਾਂ ਅਤੇ ਬਾਅਦ ਦੇ ਵਿੱਚ ਕਿਹੜੀ ਹੈਗੀ ਇਸ 'ਤੇ ਬਣਦੀ ਕਾਰਵਾਈ ਕੀਤੀ ਜਾਊ। ਸਰ, ਮੌਕੇ 'ਤੇ ਤੁਸੀਂ ਗਏ, ਕਿਸ ਤਰ੍ਹਾਂ ਦੇ ਹਾਲਾਤ ਸੀ, ਜਿਵੇਂ ਜਿੱਥੇ ਰਹਿੰਦਾ ਸੀ? ਦੇਖੋ, ਮੌਕੇ 'ਤੇ ਹਜੇ ਅਸੀਂ ਇਨੀਸ਼ੀਅਲ ਸਟੇਜ ਹੈਗੀ ਆ, ਸਾਡੇ ਕੋਲ ਇਹਨਾਂ ਨੇ ਆ ਕੇ ਅਪਰੋਚ ਕੀਤਾ ਹੈਗਾ। ਇਹ ਸਾਰੇ ਇੱਥੇ ਕਿਹੜੇ ਹੈਗੇ ਆ, ਕਿੱਕਰ ਬਾਜ਼ਾਰ ਦੇ ਨੇੜੇ ਚਬਾਰਿਆਂ ਦੇ ਉੱਤੇ ਇਹ ਰਹਿੰਦੇ ਨੇ, ਲੇਕਿਨ ਹੁਣ ਮੈਂ ਇੱਕ ਟੀਮ ਡਿਪਿਊਟ ਕੀਤੀ ਆ ਜਿਹੜੀ ਇਹਦੀ ਇਨਕੁਆਇਰੀ ਕਰ ਰਹੀ ਆ ਕਿ ਕੀ ਮਾਮਲਾ ਹੈਗਾ। ਉਹਦੇ ਕੁਝ ਜਿਹੜੇ ਰਿਸ਼ਤੇਦਾਰ ਮੈਂਬਰਸ ਨੇ ਉਹਨਾਂ ਨਾਲ ਅਸੀਂ ਤਾਲਮੇਲ ਕੀਤਾ, ਉਹ ਵੀ ਉਸ ਬਾਰੇ ਪਤਾ ਲਵਾ ਰਹੇ ਆ ਅਤੇ ਇਹ ਸਾਰੀ ਘਟਨਾ ਤੋਂ ਬਾਅਦ ਹੀ ਕਿਹੜਾ ਹੈਗਾ ਪੜਤਾਲ ਤੋਂ ਬਾਅਦ ਕਿਹੜੀ ਅਸੀਂ ਅਗਲੀ ਕਾਰਵਾਈ ਕਰਾਂਗੇ। ਸਰ, ਜਿਹੜੇ ਬਿਲਕੁਲ ਜੀ, ਇਹਨਾਂ ਦੁਆਰਾ ਹਰ ਚੀਜ਼, ਮੈਂ ਹੁਣੀ ਜੀਰੋ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਮਿਸਟਰ ਜੋੜਾ ਜੀ ਨਾਲ ਗੱਲ ਕੀਤੀ ਸੀ, ਇਹਨਾਂ ਦੁਆਰਾ ਹਰ ਚੀਜ਼ ਦਾ ਜਿਹੜਾ ਹੈਗਾ ਵੈਰੀਫਾਈ ਪਹਿਲਾਂ ਕੀਤਾ ਜਾਂਦਾ, ਉਹਨਾਂ ਦੀ ਤਲਾਹ ਵੀ ਦਿੱਤੀ ਜਾਂਦੀ ਹੈ, ਇਹਨਾਂ ਕੋਲ ਸਾਰਾ ਉਹਦਾ ਐਡਰੈਸ ਵੀ ਹੈਗਾ, ਤਾਂ ਕਰਕੇ ਇਸੇ ਲਈ ਹੀ ਐਡਰੈਸ ਪਹਿਲਾਂ ਲਏ ਜਾਂਦੇ ਆ ਤਾਂ ਕਿ ਕਿਸੇ ਜੇ ਕੋਈ ਐਸੀ ਘਟਨਾ ਹੋ ਜਾਂਦੀ ਹੈ ਤਾਂ ਜਿਹੜਾ ਹੈਗਾ ਉਸਨੂੰ
ट्रेस करने के कोई मुश्किल ना। फोन बंद आ रहा है, देखो फिलहाल इनिशियल स्टेज आ, असी जो है टेक्निकल टीम की सहायता ली हैगी है, तो जल्दी सानू जो है सारी डाटा प्रोवाइड कर रहे हैं, इस संबंधी जो है किया जा रहा है।